ਮੈਂ ਜੈਸਮੀਨ ਕੌਰ ਜਮਾਤ 9ਵੀਂ ਤੁਹਾਡੇ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਇੱਕ ਕਵਿਤਾ ਸਾਂਝੀ ਕਰਨ ਜਾ ਰਹੀ ਹਾਂ। ਮਾਤਾ ਨਾਨਕੀ ਨੂੰ ਮਿਲਣ ਵਧਾਈਆਂ ਰਾਮਦਾਸ ਨਗਰੀ ਵਿਖੇ, ਦੂਰੋਂ ਦੂਰੋਂ ਚਲ ਸੰਗਤਾਂ ਨੇ ਆਈਆਂ ਰਾਮਦਾਸ ਨਗਰੀ ਵਿਖੇ, ਖੁਸ਼ੀ ਦਾ ਨਜ਼ਾਰਾ ਸਭ ਕੋਈ ਹੀ ਨਿਹਾਲੇ, ਗਲੇ ਮਿਲ ਦੇਵ ਦੇ ਵਧਾਈਆਂ ਬੁੱਢੇ ਬਾਲ ਨੇ, ਵੇੜੇ ਨਾਨਕੀ ਦੇ ਰੌਣਕਾਂ ਸਮਾਈਆਂ ਰਾਮਦਾਸ ਨਗਰੀ ਵਿਖੇ, ਪਿਤਾ ਹਰਗੋਬਿੰਦ ਜੀ ਵੀ ਫੁੱਲੇ ਨਾ ਸਮਾਏ ਸਨ, ਵਾਹੋ ਦਾਹੀ ਚਾਲੇ ਉਹਨਾਂ ਮਹਿਲਾ ਵੱਲ ਪਾਏ ਸਨ, ਸੰਗਤਾਂ ਜੁੜੀਆਂ ਸੀ ਦੇਣ ਲਈ ਵਧਾਈਆਂ ਰਾਮਦਾਸ ਨਗਰੀ ਵਿਖੇ, ਅੰਮ੍ਰਿਤਸਰ ਧਰਤੀ ਸਰੂਰ ਕੋਈ ਚੜਿਆ, ਅੰਬਰਾਂ ਦਾ ਚੰਨ ਅੱਜ ਧਰਤੀ ਉਤਰਿਆ, ਮਹਿਲ ਮਾਣੀਆਂ ਸੀ ਸਭ ਰੁਸ਼ਨਾਈਆਂ ਰਾਮਦਾਸ ਨਗਰੀ ਵਿਖੇ, ਸੁੰਦਰ ਸਰੂਪ ਨੂਰ ਮੁਖ ਦੇ ਸੀ ਵਰਦਾ, ਦੇਖ ਦੇਖ ਭੁੱਖ ਲੈਂਦੀ ਜਿਉਣਾ ਜਾਵੇ ਠਰਦਾ, ਆਇਆ ਨੂਰ ਅਗਾਮੀ ਧੂਮਾਂ ਪਾਈਆਂ ਰਾਮਦਾਸ ਨਗਰੀ ਵਿਖੇ, ਸਾਰੇ ਹੀ ਸਰੀਕੇ ਵਿੱਚ ਗੂੰਜਦੀ ਵਧਾਈ ਅੱਜ, ਭੈਣ ਵੀਰੋ ਖੁਸ਼ੀ ਵਿੱਚ ਫਿਰੇ ਹਰਸ਼ਾਈ ਅੱਜ, ਸਭ ਕੋਈ ਦਿਸੇ ਵੰਡਦਾ ਮਿਠਾਈਆਂ ਰਾਮਦਾਸ ਨਗਰੀ ਵਿਖੇ, ਸਾਰਾ ਸਿੱਖ ਪੰਥ ਅੱਜ ਖੁਸ਼ੀਆਂ ਮਨਾ ਰਿਹਾ, ਗੁਰੂ ਅਰਜਨ ਪੋਤਰੇ ਦਾ ਜਨਮ ਦਿਨ ਮਨਾ ਰਿਹਾ, ਕਵੀਆਂ ਢਾਡੀਆਂ ਨੇ ਰੌਣਕਾਂ ਲਗਾਈਆਂ, ਹੋਣ ਸੰਗਤਾਂ ਲੱਖ ਲੱਖ ਵਧਾਈਆਂ, ਕਵੀਆਂ ਢਾਡੀਆਂ ਨੇ ਰੌਣਕਾਂ ਲਗਾਈਆਂ, ਹੋਣ ਸੰਗਤਾਂ ਲੱਖ ਲੱਖ ਵਧਾਈਆਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।